पंजाब दे विच कई सरकारां आईयां ते कई गईयां, परंतु आखिर नाजायज माइनिंग दे चल रहे धंधे नूं कौन रोकेगा, एक वड्डा सवाल है। ताज़ा मामला सामने आया श्री आनंदपुर साहिब विधानसभा हलका च, जिथे नाजायज माइनिंग दा धंधा जोरां शोरां नाल चल रहा है ते नाजायज माइनिंग करन वाले दिन दुगनी ते रात चौगनी तरक्की कर रहे ने, पर प्रशासन इस नूं लै के लापरवाह जाप रहा है। ताज़ा सबूत मिलिया नूरपुर बेदी दे नजदीकी पिंड भुलान ते हरिपुर दे नाल लगदे सवा नदी च दिन दिहाड़े चल रही नाजायज माइनिंग दा, जिथे बेशक इलाका संघर्ष कमेटी वाले पिछले लंबे समय तों खेतर विच हो रही नाजायज माइनिंग नूं लै के उच्च अधिकारियां नूं मिल चुके ने, पर लगदा है प्रशासन ने सब कुछ जान के भी अनजान बनिया होया है ते फिर भी नाजायज माइनिंग करन वालियां नूं मौजां लगियां होईयां ने। हैरानी इस गल दी हुंदी है कि नाजायज माइनिंग किस दी सह ते हो रही है ते प्रशासन ने सब कुछ जानदे होए भी क्यों चुप है। हालात इस टाइम बहुत माड़े है जी, जिहड़े हालात जिद्दां हुण सब नदी नूं पाणी आवे जां कुछ होवे, साडे पिंड जिन्ने भी 5-7 पिंड हैगे हण दा खतरा जी, उहनां दा खतरा गा तां मौत दे मूंह दे विच बैठे जी। ਕਿਸੇ ਟਾਈਮ ਵੀ ਜਦ ਵੀ ਪਾਣੀ ਆਵਾ ਹੜਨ ਤਿਆਰ ਹੀ ਹੈ, ਉਹ ਬਚ ਨਹੀਂ ਸਕਦੇ ਹੜ ਦੇ। ਤੁਸੀਂ ਵਾਰ ਵਾਰ ਜਿਹੜਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਇਹ ਚੀਜ਼ ਲਿਆਉਂਦੇ ਕਿ ਇਲੀਗਲ ਮਾਈਨਿੰਗ ਦੇ ਨਾਲ ਲੁੱਟ ਖਸੁੱਟ ਜਿਹੜੀ ਹੋ ਰਹੀ, ਪ੍ਰਸ਼ਾਸਨ ਦਾ ਕੀ ਰੁਖ ਰਿਹਾ ਇਸ ਚੀਜ਼ ਦੇ ਉੱਪਰ? ਪ੍ਰਸ਼ਾਸਨ ਇਕੱਲੇ ਨਹੀਂ ਸੁਣਦਾ ਕੋਈ ਵੀ, ਸਰਕਾਰ ਨਹੀਂ ਸੁਣਦੀ ਨਾ ਪ੍ਰਸ਼ਾਸਨ ਸੁਣਦਾ। ਬਟਾਲੇ ਦੇ ਉੱਪਰ ਲਾ ਕੇ ਸਰਦੇ ਕਰ ਦਿੰਦੇ ਜੀ, ਉਹ ਕਹਿੰਦੇ ਸਰਕਾਰ ਕਹਿੰਦੇ ਉਹ ਨਹੀਂ ਕਰਦੇ, ਇਹ ਕਹਿੰਦੇ ਉਹ ਸਰਕਾਰ ਨਹੀਂ ਕਰਦੀ ਹੈ, ਇਹ ਬਹਾਨੇ ਬੁਣੇ ਲਾ ਕੇ ਸਾਨੂੰ ਸਾਰੀਆਂ। ਕਿੰਨੇ ਕੁ ਦਿਨ ਤੋਂ ਹੁਣ ਦੂਜੀ ਵਾਰ ਧਰਨੇ 'ਤੇ ਬੈਠੇ ਤੁਸੀਂ? ਹੁਣ ਤਾਂ 8 ਦਿਨ ਹੋ ਗਏ, 8-9 ਦਿਨ ਹੋ ਗਏ। ਕੋਈ ਕਾਰਵਾਈ ਕਿਸੇ ਦੇ ਕੰਨ 'ਤੇ ਕੋਈ ਜੂਨ ਸਿਰਕੀ ਤੁਹਾਡੇ ਨਾਲ ਕਿਸੇ ਨੇ ਕੋਈ ਸੰਪਰਕ ਕੀਤਾ ਹੋਵੇ ਜਾਂ ਕੋਈ ਮਾਈਨਿੰਗ ਵਾਲਿਆਂ ਨੇ ਕਾਰਵਾਈ ਕੀਤੀ ਹੋਵੇ? ਕਾਰਵਾਈ ਕੋਈ ਨਹੀਂ ਜੀ ਕੀਤੀ ਹੈ, ਮੈਨ ਕਹਿੰਦੇ ਇੱਕ ਦੋ ਮਸ਼ੀਨਾਂ 'ਤੇ ਕੀਤੀ ਜੀ, ਤਾਂ ਜਗ੍ਹਾ ਜਿੱਥੇ ਅਸਲੀ ਮੈਨ ਚੱਲਦੀ ਉੱਥੇ ਕੋਈ ਨਹੀਂ ਜਾਂਦਾ ਜੀ। ਜੋ ਸੈਂਸ ਵਾਲ ਪਿੰਡ ਹੈ ਜੀ, ਉੱਥੇ ਘੱਟ ਤੋਂ ਘੱਟ 20 ਮਸ਼ੀਨਾਂ ਲੱਗੀਆਂ, ਮੈਂ 100 ਟਿੱਪਰ ਲੱਗਿਆ ਹੋਣਾ ਜੀ। ਬਹੁਤ ਡੂੰਘੇ ਟੋਏ ਪਾ ਤੇ, ਉਹਦੇ ਨਾਲ ਸੈਂਸ ਵਾਲ ਦਾ ਖਤਰਾ ਹੈਗਾ, ਪਿੰਡ ਹਰਸਾ ਵੇਲਾ ਵੀ ਹੜਨਾ ਜੀ, ਪਿੱਛੇ ਪੱਤੀ ਦੁਲਚੀ ਹੈ ਜੀ, ਉਹ ਵੀ ਦੋ ਪਿੰਡ ਨਾਸ ਹੋ ਜਾਣਾ ਜੀ। ਉਹਨਾਂ ਉੱਥੇ ਕਿਉਂ ਨਹੀਂ ਜਾਂਦੇ ਬਈ? ਕੋਈ ਪਤਾ ਨਹੀਂ ਜੀ, ਆਪ ਲਾਈ ਵੀ ਪਹਿਲਾਂ ਜੀ ਮੈਨਿੰਗ ਦੇ ਬਦਲ ਕਹਿੰਦੇ ਜੀ ਡੀਜ਼ਲ ਵਿੱਚ ਪਾਤਾ ਜੀ ਉਹ, ਹੁਣ ਜਿੱਥੇ ਪਹਿਲਾਂ ਸਾਰੇ ਤਾਂ ਮੈਨਿੰਗ ਨਾਲ ਪੱਟ ਲਿਆ, ਡੀਜ਼ਲ ਕਿੱਥੋਂ ਕੱਢਣੀ ਆ? ਸਾਨੂੰ ਆਗਰ ਉਹਨਾਂ ਨੂੰ ਕੋਈ ਇਹ ਵੀ ਸਾਨੂੰ ਦੱਸ ਵੀ ਦਿਓ ਨਾ, ਆ ਕੇ ਵੀ ਮੌਕੇ ਆ ਕੇ ਦੱਸੋ ਸਾਨੂੰ ਨਾਲ ਲੈ ਕੇ ਵੀ ਕਿੱਥੇ ਡੀਜ਼ਲ, ਕੋਈ ਨਹੀਂ ਆਉਂਦਾ ਜੀ। ਵੱਜਦੇ ਗਿਜਦੇ ਦੋ ਦਿਨ ਕਿੰਨੇ ਕੁ ਲੋਕ ਬੈਠੇ ਹੋਏ ਧਰਨੇ ਪਰ ਜੀ? 50-60 ਬੰਦੇ ਵੀ ਹੋ ਜਾਂਦੇ, 20-25 ਦੇ ਪੱਕੇ ਰਹਿੰਦੇ। ਕਿਹੜੇ ਕਿਹੜੇ ਪਿੰਡ ਆ? ਪਿੰਡ ਸਾਰੇ ਹੀ ਜਿੰਨੇ ਅਲੱਗ ਅਲੱਗ ਹੈਗੇ, ਇੱਕ ਦੋ ਬੰਦੇ ਹਰੇਕ ਪਿੰਡ ਦੇ ਆਉਂਦੇ। ਜੇ ਕੋਈ ਸਰਕਾਰ ਕੋਈ ਹੱਲ ਨਹੀਂ ਲੱਭਦੀ, ਪ੍ਰਸ਼ਾਸਨ ਕੋਈ ਹੱਲ ਨਹੀਂ ਲੱਭਦਾ, ਤਾਂ ਤੁਸੀਂ ਫਿਰ ਡਟੇ ਰਹੋਗੇ ਜੀ? ਪੂਰਾ ਡਟੇ ਰਹੋਗੇ ਜਦ ਤੱਕ ਜ਼ਿੰਦਗੀ ਹੈ, ਜਦ ਤੱਕ ਮਰ ਕੇ ਵੀ ਨਾ ਉੱਠ, ਮਰ ਕੇ ਉੱਠਾਂਗੇ ਇੱਥੋਂ। ਆਲਰੇਡੀ ਤੁਸੀਂ ਬਜ਼ੁਰਗ ਹੋ, ਇੰਨਾ ਨਿਸ਼ਚੈ ਜਿਹੜਾ ਕੀਤਾ ਹੋਇਆ ਵੀ ਬੰਦ ਕਰਾ ਕੇ ਹਟਣੀ ਇਲੀਗਲ ਮਾਈਨਿੰਗ, ਕੀ ਲੱਗਦਾ ਵੀ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਨਾ ਜੀ, ਉਹ ਸਾਨੂੰ ਇਹ ਨਹੀਂ ਇਹੀ ਕਹਿਣਾ ਵੀ ਜਦ ਮਰ ਜਾਂਦੇ ਤਾਂ ਖਰਾ, ਤਾਂ ਮਰਨ ਦਾ ਹੈਗਾ ਅਸੀਂ, ਉਹ ਸਾਡੇ ਨਿਆਣੇ ਹਾਲ ਬਹੁਤ ਮਾੜੇ, ਰੋਟੀ ਦਿਹਾੜੀ ਨਾਲ ਵੀ ਨਾ ਮਿਲਣੀ ਜੀ, ਸਾਡੀ ਜ਼ਮੀਨ ਨਾਲ ਜੋ ਸਭ ਕੁਝ ਨਾਸ਼ ਹੋ ਜਾਣਾ, ਫਿਰ ਉਹਨਾਂ ਨੇ ਇਹੀ ਕਹਿਣਾ ਜੀ ਉੱਥੇ ਮਰ ਜਾਂਦੇ ਪਹਿਲਾਂ। ਡਿਪਾਰਟਮੈਂਟ ਤੋਂ ਸਰ, ਮਾਈਨਿੰਗ ਡਿਪਾਰਟਮੈਂਟ ਸਰ, ਅੱਜ ਤੁਸੀਂ ਇੱਥੇ ਮੌਕਾ ਵਿਜ਼ਿਟ ਕਰਨ ਆਏ ਸੀ, ਕਿਹਨੇ ਤੁਹਾਨੂੰ ਬੁਲਾਇਆ ਸੀ ਅਤੇ ਕੀ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਦੇਖਿਆ ਮੌਕੇ 'ਤੇ ਜਾ ਕੇ ਫੋਨ ਪਹਿਲਾਂ ਬੋਲ ਰਹੇ? ਹਾਂਜੀ ਸਰ, ਹਾਂ ਐਕਚੁਲੀ ਇਲਾਕਾ ਸੰਘਰਸ਼ ਕਮੇਟੀ ਵੱਲੋਂ ਸਾਨੂੰ ਕੰਪਲੇਂਟ ਮਿਲੀ ਸੀਗੀ, ਪਹਿਲਾਂ ਅਸੀਂ ਕਿਤੇ ਹੋਰ ਸੀਗੇ, ਉਸ ਤੋਂ ਬਾਅਦ ਜਦੋਂ ਅਸੀਂ ਅਚਾਨਕ ਪਹੁੰਚਿਆ ਤਾਂ ਉੱਥੇ ਮਸ਼ੀਨਾਂ ਤਾਂ ਹੈ ਨਹੀਂ ਸੀਗੀਆਂ ਕੁਛ ਵੀ, ਅਤੇ ਕੁਟਾਈ ਲੱਗ ਰਹੀ ਸੀ ਹੋਈ ਹੋਈ ਹੈ ਜੀ, ਅਤੇ ਜੇ ਕਿਤੇ ਸਾਨੂੰ ਮਸ਼ੀਨਾਂ ਜਾਂ ਹੋਰ ਵੀ ਕੰਪਲੇਂਟ ਮਿਲਦੀ ਅਸੀਂ ਤੁਰੰਤ ਪਹੁੰਚ ਕੇ ਕਾਰਵਾਈ ਕਰਦੇ ਹਾਂ। ਜਿਹੜਾ ਹੁਣ ਇਨਵੈਸਟੀਗੇਟ ਵੀ ਕਰੋਗੇ ਜਿਹੜੇ ਤੁਸੀਂ ਕਹਿੰਦੇ ਕਹਿ ਰਹੇ ਪਟਾਈ ਲੱਗ ਰਹੀ ਹੈ, ਉਹਦੇ ਫਰਦਰ ਉਸ 'ਤੇ ਨਿਸ਼ਾਨਦੇਹੀ ਹੁੰਦੀ ਹੈ, ਉਸ ਤੋਂ ਬਾਅਦ ਐਕਸ਼ਨ ਹੁੰਦਾ ਜਾਊਗਾ। ਅਤੇ ਫਿਰ ਤੁਸੀਂ ਰਿਟਨ ਦੇ ਵਿੱਚ ਜਿਹੜੀ ਕੰਪਲੇਂਟ ਪੁਲਿਸ ਨੂੰ? ਨਹੀਂ, ਪੁਲਿਸ ਵੱਲੋਂ ਲੋੜ ਨਹੀਂ ਹੁੰਦੀ, ਪੁਲਿਸ ਨੂੰ ਬਾਅਦ 'ਚ ਹੁੰਦੀ ਹੈ, ਕਿਉਂਕਿ ਪਹਿਲਾਂ ਜੀ ਮਾਲ ਵਿਭਾਗ ਨੂੰ ਨਿਸ਼ਾਨਦੇਹੀ ਵਾਸਤੇ ਜਾਂਦਾ, ਉਸ ਤੋਂ ਬਾਅਦ ਫਰਦਰ ਜੋ ਰਿਪੋਰਟ ਆਉਂਦੀ ਉਸ 'ਤੇ ਕਰਦੇ। ਅਕਸਰ ਇਸ ਏਰੀਏ 'ਚ ਖਾਸ ਤੌਰ 'ਤੇ ਕਿਹਾ ਜਾਂਦਾ ਕਿ ਇਲੀਗਲ ਮਾਈਨਿੰਗ ਲਗਾਤਾਰ ਚੱਲ ਰਹੀ, ਤੁਸੀਂ ਰੂਟੀਨ ਚੈਕਿੰਗ ਜਿਹੜਾ ਉਹ ਕਿਸ ਤਰੀਕੇ ਨਾਲ ਕਰਦੇ? ਹਾਂ, ਸਾਡੇ ਵੱਲੋਂ ਕਿਉਂਕਿ ਡਰੇਨੇਜ ਦੇ ਕੰਮ ਵੀ ਹੈ ਉਹ ਵੀ ਕਰਾਉਣੇ, ਉਸ ਤੋਂ ਬਾਅਦ ਫਰਦਰ ਜਿਵੇਂ ਸਾਨੂੰ ਕੰਪਲੇਨ ਮਿਲਦੀ ਹੈ, ਵੈਸੇ ਵੀ ਸਾਡੀ ਵਿਜ਼ਿਟ ਹੁੰਦੀ ਹੈ ਅਤੇ ਜਿਵੇਂ ਕੰਪਲੇਨ ਆਉਂਦੀ ਅਸੀਂ ਉਸ 'ਤੇ ਕਾਰਵਾਈ ਕਰ। ਜਿੱਥੇ ਤੁਸੀਂ ਵਿਜ਼ਿਟ ਕਰਕੇ ਆ, ਕਿੰਨੇ ਕੁ ਫੁੱਟ ਤੱਕ ਜਿਹੜਾ ਡਿਗਅਪ ਕੀਤੀ ਸੀਗੀ ਜੀ? ਕਿਉਂਕਿ ਸਰ ਉਹ ਐਕਚੁਅਲੀ ਉਹ ਦੂਜੀ ਸਾਈਡ ਸੀਗੀ ਜੀ, ਉੱਥੇ ਪਹੁੰਚ ਨਹੀਂ ਪਾਏ, ਫਿਰ ਡਾਂਗਰ ਪਾਸੇ ਕੀ ਲੱਗਦਾ ਸੀ? ਹਾਂ, ਦੇਖਣ ਨੂੰ ਆਇਆ ਕੋਈ ਪਟਾਈ ਹੋਈ ਹੈ ਪਾਣੀ ਦੇ। ਸ਼੍ਰੀ ਆਨੰਦਪੁਰ ਸਾਹਿਬ ਤੋਂ ਬਿਊਰੋ ਰਿਪੋਰਟ, NC7 ਨਿਊਜ਼।